Colleagues and dear students, good morning to all of you. Students, today's root word of the day is Serv. S-E-R-V and its meaning is save. Bachana ya bachat karna. Serv da matlab kya hai? Bolo. Bachana ya bachat karna. Shabash. And the sentence of the day is we must conserve trees. Sanu. ਕਿਹਨੂੰ ਬਚਾਉਣਾ ਚਾਹੀਦਾ ਹੈ? ਟ੍ਰੀਜ਼ ਨੂੰ, ਮਤਲਬ ਵਰਖਾ ਨੂੰ ਬਚਾਉਣਾ ਚਾਹੀਦਾ ਹੈ. ਐਂਡ ਦ ਫਰਸਟ ਰਿਲੇਟਡ ਵਰਡ ਇਜ਼ ਕੰਜ਼ਰਵ. ਕੰਜ਼ਰਵ ਦਾ ਮਤਲਬ ਕੀ ਹੁੰਦਾ ਹੈ? ਸਾਂਭ ਸੰਭਾਲ ਕਰਨੀ, ਬਚਾਉਣਾ. ਕੰਮ ਜਿਹੜਾ ਵਰਡ ਹੈ ਸੀ ਓ ਐਂਡ ਕੌਨ, ਇਹਦਾ ਵਰਡ ਜਿਹੜਾ ਹੈ ਇਸਦਾ ਮੀਨਿੰਗ ਹੈ ਕੰਮ ਟੂਗੈਦਰ. ਐਂਡ ਸਰਵ ਦਾ ਮਤਲਬ ਹੈ ਟੂ ਸੇਵ. ਇਸਦਾ ਮਤਲਬ ਕੰਜ਼ਰਵ ਦਾ ਮਤਲਬ ਕੀ ਹੋਏਗਾ? Efforts to save something. ਕਿਸੇ ਚੀਜ਼ ਨੂੰ ਬਚਾਉਣ ਵਾਸਤੇ ਖਰਾਬ ਹੋਣ ਤੋਂ ਬਚਾਉਂਦੇ ਹਾਂ, ਡੈਮੇਜ ਹੋਣ ਤੋਂ ਬਚਾਉਂਦੇ ਹਾਂ, ਉਸਨੂੰ ਆਪਾਂ ਕਹਿੰਦੇ ਹਾਂ ਕੰਜ਼ਰਵ. ਸੈਂਟੈਂਸ ਦੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਮਸਟ ਕੰਜ਼ਰਵ ਆਰ ਵਾਈਲਡ ਲਾਈਫ. ਜਿਹੜੇ ਸਾਡਾ ਜੰਗਲੀ ਜੀਵਨ ਹੈ ਉਸਨੂੰ ਸਾਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਜਾਂ ਉਸਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ. ਸੈਕਿੰਡ ਵਰਡ ਇਜ਼ ਓਬਜ਼ਰਵ. ਓਬਜ਼ਰਵ ਜਿਹੜਾ ਵਰਡ ਹੈ ਦੋ ਵਰਡਸ ਤੋਂ ਬਣਿਆ ਹੈ, ਔਫ ਤੇ ਸਰਵ. ਔਫ ਦਾ ਮਤਲਬ ਹੁੰਦਾ ਹੈ ਇਨ ਫਰੰਟ ਆਫ ਜਾਂ ਬਿਫੋਰ, ਔਰ ਸਰਵ ਦਾ ਮਤਲਬ ਹੈ ਟੂ ਕੀਪ ਸੇਫ, ਬਚਾਉਣਾ. ਲੇਕਿਨ ਕੀਪ ਸੇਫ ਦੇ ਨਾਲ ਨਾਲ ਇਸਦਾ ਹੋਰ ਮੀਨਿੰਗ ਹੈ ਟੂ ਵਾਚ, ਦੇਖਣਾ. ਇਸਦਾ ਮਤਲਬ ਹੈ ਓਬਜ਼ਰਵ ਦਾ ਮਤਲਬ ਹੋਏਗਾ ਟੂ ਵਾਚ ਕੇਅਰਫੁਲੀ, ਧਿਆਨ ਦੇ ਨਾਲ ਦੇਖਣਾ ਜਾਂ ਨਿਗਰਾਨੀ ਕਰਨਾ. ਜਿਸ ਤਰ੍ਹਾਂ ਅਸੀਂ ਕਿਸੇ ਚੀਜ਼ ਨੂੰ ਜਦੋਂ ਓਬਜ਼ਰਵ ਕਰਦੇ ਹਾਂ ਤਾਂ ਕੁਛ ਦੇਰ ਬਾਅਦ ਜੇ ਅਸੀਂ ਉਸਨੂੰ ਰਿਕਾਲ ਕਰਨ ਦੀ ਕੋਸ਼ਿਸ਼ ਕਰੀਏ, ਯਾਦ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਫਿਰ ਸਾਨੂੰ ਯਾਦ ਆ ਜਾਏ ਜਾਂ ਉਹ ਅਸੀਂ ਪ੍ਰੋਸੈਸ ਨੂੰ ਦੁਬਾਰਾ ਕਰ ਸਕੀਏ, ਤਾਂ ਉਸਨੂੰ ਅਸੀਂ ਕਹਿੰਦੇ ਹਾਂ ਓਬਜ਼ਰਵ. ਚਿਲਡਰਨ ਲਾਈਕ ਟੂ ਓਬਜ਼ਰਵ ਦੇਅਰ ਐਲਡਰਸ. ਆਮ ਤੌਰ 'ਤੇ ਬੱਚੇ ਕਿੱਦਾਂ ਸਿੱਖਦੇ? ਆਪਣੇ ਬੜੇ ਲੋਕਾਂ ਦੀ, ਆਪਣੇ ਐਲਡਰਸ ਨੂੰ ਦੇਖ ਕੇ, ਓਬਜ਼ਰਵ ਕਰਕੇ. ਐਂਡ ਦ ਨੈਕਸਟ ਵਰਡ ਇਜ਼ ਰੈਜ਼ਰਵਾਇਰ. ਰੈਜ਼ਰਵਾਇਰ ਜਿਹੜਾ ਵਰਡ ਹੈ ਉਹ ਵੀ ਤਿੰਨ ਵਰਡਸ ਤੋਂ ਬਣਿਆ ਹੋਇਆ ਹੈ. ਰੀ ਪਹਿਲਾ ਵਰਡ, ਰੀ ਦਾ ਮਤਲਬ ਹੋ ਗਿਆ ਅਗੇਨ. ਸਰਵੇਅਰ, ਸਰਵੇਅਰ ਦਾ ਮਤਲਬ ਹੋ ਗਿਆ ਟੂ ਸੇਵ ਜਾਂ ਟੂ ਕੀਪ ਬੈਕ. Reservoir is a kind of natural or artificial place where water is collected or stored. Reservoir ਉਹ ਜਗ੍ਹਾ ਹੁੰਦੀ ਹੈ, ਚਾਹੇ ਉਹ ਪ੍ਰਾਕ੍ਰਿਤਿਕ ਹੋਵੇ ਜਾਂ ਫਿਰ ਉਹ ਬਨਾਵਟੀ ਹੋਵੇ, ਜਿਸ ਦੇ ਵਿੱਚ ਕੀ ਹੁੰਦਾ ਹੈ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਉਸ ਪਾਣੀ ਦਾ ਪ੍ਰਯੋਗ ਬਾਅਦ ਦੇ ਵਿੱਚ ਕਰ ਸਕੀਏ. ਅਸੀਂ ਭਾਖੜਾ ਡੈਮ ਦੇ ਪਿੱਛੇ ਇੱਕ ਗੋਬਿੰਦ ਸਾਗਰ ਨਾਮ ਦਾ ਰੈਜ਼ਰਵਾਇਰ ਹੈ, ਝੀਲ ਹੈ, ਲੇਕ ਹੈ, ਉਸਦੇ ਵਿੱਚ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਔਰ ਉਸਦੀ ਬਾਅਦ ਚੋਂ ਵਰਤੋਂ ਅਸੀਂ ਕਦੀ ਇਰੀਗੇਸ਼ਨ ਵਾਸਤੇ ਵੀ ਕਰ ਸਕਦੇ ਹਾਂ ਜਾਂ ਅਸੀਂ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਲਈ ਕਰ ਸਕਦੇ ਹਾਂ ਜਾਂ ਵਾਟਰ ਸਪਲਾਈ ਲਈ ਕਰ ਸਕਦੇ ਹਾਂ. ਸੋ ਰੈਜ਼ਰਵਾਇਰ ਗਿਵਸ ਵਾਟਰ ਟੂ ਦ ਹੋਲ ਸਿਟੀ. ਯੂ ਮੇ ਮੇਕ ਦਿਸ ਸੈਂਟੈਂਸ. ਦ ਨੈਕਸਟ ਵਰਡ ਇਜ਼ ਪ੍ਰਿਜ਼ਰਵੇਸ਼ਨ. ਪ੍ਰਿਜ਼ਰਵੇਸ਼ਨ ਜਿਹੜਾ ਵਰਡ ਹੈ ਉਹ ਕਿਸ ਤਰ੍ਹਾਂ ਬਣਿਆ ਹੈ? ਪ੍ਰੀ, ਪ੍ਰੀ ਦਾ ਮਤਲਬ ਹੈ ਬਿਫੋਰ. ਸਰਵ, ਸਰਵ ਦਾ ਮਤਲਬ ਹੈ ਟੂ ਸੇਵ ਸਮਥਿੰਗ. ਐਂਡ ਏਸ਼ਨ ਇਜ਼ ਐਕਸ਼ਨ. ਇਹਦਾ ਮਤਲਬ ਹੈ ਕਿ ਐਡਵਾਂਸ ਦੇ ਵਿੱਚ ਹੀ ਕੋਈ ਐਕਸ਼ਨ ਕਰ ਲੈਣਾ ਤਾਂ ਕਿ ਅਸੀਂ ਕਿਸੇ ਚੀਜ਼ ਨੂੰ ਸੰਭਾਲ ਸਕੀਏ ਜਾਂ ਪ੍ਰੋਟੈਕਟ ਕਰ ਸਕੀਏ. ਪ੍ਰਿਜ਼ਰਵੇਸ਼ਨ ਅਸੀਂ ਕਹਿ ਸਕਦੇ ਹਾਂ ਕਿ ਕੈਮੀਕਲਸ ਆਰ ਯੂਜ਼ਡ ਇਨ ਫੂਡ ਪ੍ਰਿਜ਼ਰਵੇਸ਼ਨ. ਜਦੋਂ ਅਸੀਂ ਇੱਕ ਭੋਜਨ ਨੂੰ ਪ੍ਰਿਜ਼ਰਵ ਕਰਦੇ ਹਾਂ, ਉਹਨੂੰ ਸੰਭਾਲਦੇ ਹਾਂ, ਸੁਰੱਖਿਅਤ ਰੱਖਦੇ ਹਾਂ, ਤਾਂ ਅਸੀਂ ਕੈਮੀਕਲ ਦੀ ਵਰਤੋਂ ਕਰਦੇ ਹਾਂ. ਤਾਂ ਇਸ ਤਰ੍ਹਾਂ ਅੱਜ ਦੇ ਸਰਵ ਜਿਹੜਾ ਰੂਟ ਵਰਡ ਹੈ ਉਸਦੇ ਚਾਰ ਵਰਡ ਅਸੀਂ ਸਿੱਖੇ. ਫਸਟ ਵਰਡ ਵਾਜ ਕੰਜ਼ਰਵ, ਸੈਕਿੰਡ ਵਰਡ ਵਾਜ ਓਬਜ਼ਰਵ, ਥਰਡ ਵਰਡ ਵਾਜ ਰੈਜ਼ਰਵਾਇਰ ਐਂਡ ਦ ਫੋਰਥ ਵਰਡ ਵਾਜ ਪ੍ਰਿਜ਼ਰਵੇਸ਼ਨ. ਥੈਂਕ ਯੂ, ਹੈਵ ਅ ਨਾਈਸ ਡੇ.